ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨੀਤ ਸਿੰਘ ਚੀਮਾ, ਤੁਸੀਂ ਵੇਖ ਰਹੇ GBC ਅਪਡੇਟ। ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ, ਤਾਂ ਮੌਸਮ ਬੜਾ ਸੁਹਾਵਣਾ ਹੋ ਚੁੱਕਿਆ ਹੁਸ਼ਿਆਰਪੁਰ ਸ਼ਹਿਰ ਦਾ। ਜਿੱਥੇ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਉੱਥੇ ਹੁਸ਼ਿਆਰਪੁਰ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਹੁਸ਼ਿਆਰਪੁਰ ਦੇ ਇਸ ਵੇਲੇ ਅਸੀਂ ਖੜ੍ਹੇ ਹਾਂ ਟਾਂਡਾ ਚੌਂਕ ਦੇ ਨਜ਼ਦੀਕ, ਜਿੱਥੇ ਕਿ ਪਾਣੀ ਦਾ ਵਹਾਵ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਹਿਰਾਂ ਬਹਿਰਾਂ ਹੋਈਆਂ ਪਈਆਂ ਨੇ। ਸਿਰਫ 20 ਤੋਂ 25 ਮਿੰਟ ਤੱਕ ਦੀ ਵਰਖਾ ਨੇ ਜੋ ਹਾਲਾਤ ਹੈ ਇੱਥੇ ਇੱਕ ਸਮੁੰਦਰ ਵਰਗੇ ਬਣਾ ਦਿੱਤੇ ਨੇ, ਅਤੇ ਗੱਡੀਆਂ ਵੀ ਕਈ ਇੱਥੇ ਖਰਾਬ ਹੋ ਚੁੱਕੀਆਂ ਨੇ, ਪਾਣੀ ਉਹਨਾਂ 'ਚ ਪੈ ਚੁੱਕਾ। ਅਤੇ ਇਹ ਜਿਹੜਾ ਪਾਣੀ ਹੈ ਇਹਦਾ ਕਿਸੇ ਵੀ ਪਾਸੇ ਨਿਕਾਸ ਜਿਹੜਾ ਉਹ ਨਹੀਂ ਹੋ ਰਿਹਾ, ਪਾਣੀ ਸਾਰਾ ਇੱਥੇ ਹੀ ਜਮ੍ਹਾਂ ਹੋ ਰਿਹਾ। ਅਤੇ ਲਗਾਤਾਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਾਰਿਸ਼ ਹੁੰਦੀ ਹੈ ਤਾਂ ਪਾਣੀ ਦਾ ਵਹਾਵ ਜਿਹੜਾ ਹੋਰ ਇੱਥੇ ਵੱਧ ਜਾਵੇਗਾ, ਜਿਸ ਨਾਲ ਸ਼ਹਿਰ ਦਾ ਮਾਹੌਲ ਜਿਹੜਾ ਉਹ ਗੱਡੀਆਂ 'ਚੋਂ ਨਿਕਲ ਰਹੀਆਂ ਨੇ ਉਹ ਵੀ ਬੰਦ ਹੋਣ ਦੇ ਆਸਾਰ ਬਣ ਜਾਣਗੇ। ਜਿਹੜੇ ਸੀਵਰੇਜ ਇਹ ਨਾਲੇ ਬਣਾਏ ਗਏ ਸਨ ਪ੍ਰਸ਼ਾਸਨ ਵੱਲੋਂ, ਤਾਂ ਉਹ ਵੀ ਕੰਮ ਕਰਦੇ ਨਹੀਂ ਦਿਖਾਈ ਦੇ ਰਹੇ, ਜਿਨ੍ਹਾਂ ਦੇ ਬੰਦ ਹੋਣ ਤੋਂ ਬਾਅਦ ਪਾਣੀ ਇੱਥੇ ਇਕੱਠਾ ਹੋ ਗਿਆ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇੱਥੇ ਭਾਰੀ ਸਮੱਸਿਆ ਆ ਰਹੀ ਹੈ। ਅਤੇ ਗੱਡੀ ਦੇ ਵਿੱਚ ਵੀ ਪਾਣੀ ਪੈਣ ਨਾਲ ਗੱਡੀਆਂ ਜਿਹੜੀਆਂ ਨੇ ਉਹ ਬੰਦ ਹੋ ਰਹੀਆਂ ਨੇ, ਅਤੇ ਇਸ ਤੋਂ ਅੱਗੇ ਨਾਲ ਹੀ ਪ੍ਰਭਾਤ ਚੌਂਕ ਹੈ ਅਤੇ ਉੱਥੋਂ ਦੇ ਹਾਲਾਤ ਵੀ ਇਸ ਤੋਂ ਵੀ ਜ਼ਿਆਦਾ ਨਾਜ਼ੁਕ ਨੇ। ਪਾਣੀ ਦਾ ਵਹਾਵ ਜਿਹੜਾ ਕਿਸੇ ਪਾਸੇ ਪਾਣੀ ਨਿਕਲਣਾ ਚਾਹੀਦਾ, ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇ ਕੇ ਇਸ ਸੰਬੰਧੀ ਜੋ ਕੰਮ ਨੇ ਉਹ ਕਰਨੇ ਚਾਹੀਦੇ ਨੇ। ਨਗਰ ਨਿਗਮ ਵਿਭਾਗ ਵੀ ਜੋ ਅਣਦੇਖਿਆ ਕਰ ਰਿਹਾ ਇਸ ਮਾਹੌਲ ਨੂੰ, ਉਹਨੂੰ ਵੀ ਇਹ ਜਿਹੜੇ ਕੰਮ ਨੇ ਸਾਰੇ ਦੇਖ ਕੇ ਇਹਨਾਂ ਦਾ ਪ੍ਰਬੰਧ ਠੀਕ ਕਰਨਾ ਚਾਹੀਦਾ, ਕੋਈ ਹੱਲ ਕਰਨਾ ਚਾਹੀਦਾ। ਹੁਸ਼ਿਆਰਪੁਰ ਸ਼ਹਿਰ ਇਸ ਵਰਖਾ ਤੋਂ ਬਾਅਦ ਜਲ ਥਲ ਹੋ ਗਿਆ ਅਤੇ ਪਾਣੀ ਹੋ ਗਿਆ ਇੱਥੇ। ਅਤੇ ਜਿਹੜੀ ਬਾਦਲ ਸਾਹਿਬ ਨੇ ਬਣਾਈ ਸੀ ਬੱਸ ਪਾਣੀ 'ਚ ਚੱਲਣ ਵਾਲੀ, ਅਤੇ ਹੁਣ ਲੱਗਦਾ ਕਿ ਉਹ ਬੱਸਾਂ ਇੱਥੇ ਹੁਸ਼ਿਆਰਪੁਰ ਵਿੱਚ ਵੀ ਲਿਆਉਣੀਆਂ ਪੈਣਗੀਆਂ। ਜੋ ਹੁਸ਼ਿਆਰਪੁਰ ਦੇ ਸ਼ਹਿਰ ਨਿਵਾਸੀ ਨੇ ਉਹਨਾਂ ਨੂੰ ਦੂਸਰੇ ਪਾਸੇ ਸ਼ਹਿਰ ਦੇ ਹੋਰ ਜਗ੍ਹਾ 'ਤੇ ਜੇ ਕਿਤੇ ਉਹਨਾਂ ਨੇ ਜਾਣਾ ਤਾਂ ਉੱਥੇ ਲਿਜਾਣ ਵਾਸਤੇ ਹਾਲਾਤ ਇੱਕ ਤੁਸੀਂ ਆਟੋ ਵੀ ਦੇਖ ਸਕਦੇ ਹੋ ਆ ਰਿਹਾ ਕਿੰਨੀ ਮੁਸ਼ਕਲ ਨਾਲ ਆ ਰਿਹਾ। ਜੇ ਕਿਤੇ ਰਸਤੇ ਦੇ ਵਿੱਚ ਕੋਈ ਖੱਡਾ ਆ ਜਾਂਦਾ, ਕੋਈ ਸੀਵਰੇਜ ਢੱਕਣ ਖੁੱਲ੍ਹਿਆ ਆ ਜਾਂਦਾ, ਤਾਂ ਇਹ ਜਿਹੜਾ ਇੱਕ ਹਾਦਸਾ ਬਣ ਸਕਦਾ ਅਤੇ ਨੁਕਸਾਨ ਹੋ ਸਕਦਾ। ਅਤੇ ਬੱਸ ਵੀ ਤੁਸੀਂ ਦੇਖ ਸਕਦੇ ਹੋ, ਸਕੂਲ ਦੀ ਬੱਸ ਆ ਰਹੀ ਹੈ ਤਾਂ ਸਕੂਲ ਦੀ ਬੱਸ ਵੀ ਪਾਣੀ ਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਕੇ ਆ ਰਹੀ ਹੈ, ਅਤੇ ਨਾ ਕੋਈ ਵਿਵਸਥਾ ਪਾਣੀ ਦੇ ਨਿਕਾਸ ਵਾਸਤੇ। ਇਹ ਏਰੀਆ ਜਿਹੜਾ ਮਾਡਲ ਟਾਊਨ ਦੇ ਨਾਲ ਹੀ ਏਰੀਆ ਲੱਗਦਾ, ਸਾਰਾ ਮਾਡਲ ਟਾਊਨ ਦੇ ਅਧੀਨ ਆਉਂਦਾ। ਇਹ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਥੇ ਜਿਹੜੇ ਡਾਕਟਰ ਰਵਜੋਤ ਸ਼ਾਮ 84 ਹਲਕੇ ਤੋਂ ਮੌਜੂਦਾ ਵਿਧਾਇਕ ਨੇ, MLA ਨੇ, ਅਤੇ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਇਹ ਹਾਲ ਹੈ ਉਹ ਬਣਿਆ ਪਿਆ ਇਸ ਤਰ੍ਹਾਂ ਦਾ, ਅਤੇ ਬੋਰੀ ਵੀ ਰੱਖੇ ਪਏ ਨੇ ਜਿੱਥੇ ਲੱਗਦਾ ਇੱਥੇ ਖੱਡਾ ਹੋਏਗਾ ਪ੍ਰਿੰਸ ਜੀ, ਹੈ ਨਾ, ਇਹ ਖੱਡਾ ਹੋਏਗਾ ਅਤੇ ਇੱਥੇ ਬੋਰਾ ਰੱਖ ਦਿੱਤਾ ਗਿਆ। ਅਤੇ ਇਹ MLA ਦਾ ਆਫਿਸ ਹੈ ਜੀ, ਇੱਥੇ ਲੋਕਾਂ ਦੀ ਸੁਣਵਾਈ ਹੁੰਦੀ ਹੈ। ਹੁਸ਼ਿਆਰਪੁਰ ਦੀ ਜਨਤਾ ਜਿਹੜੀ ਇਹਨਾਂ ਕੋਲ ਆਪਣੀਆਂ ਮੰਗਾਂ ਲੈ ਕੇ ਆਉਂਦੇ ਨੇ, ਆਪਣੇ ਮਸਲੇ ਲੈ ਕੇ ਆਉਂਦੇ ਨੇ ਹੱਲ ਕਰਾਉਣ ਵਾਸਤੇ। ਸੁਰੱਖਿਆ ਦਾ ਪ੍ਰਬੰਧ ਨਹੀਂ ਇੱਥੇ, ਕਿਤੇ ਵੀ ਹਾਦਸਾ ਵਾਪਰ ਸਕਦਾ, ਕੋਈ ਗੱਡੀ ਖਰਾਬ ਹੋ ਗਈ ਜਾਂ ਮੋਟਰਸਾਈਕਲ ਖਰਾਬ ਹੋ ਗਿਆ, ਪਾਣੀ ਪੈ ਸਕਦਾ ਇਹਨਾਂ ਗੱਡੀਆਂ ਦੇ ਵਿੱਚ। ਅਤੇ ਗੱਡੀ ਇੱਕ ਆਉਂਦੀ ਪਈ ਆ, ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇੰਜਨ ਗੱਡੀ ਦੇ ਵਿੱਚ ਡੁੱਬਣ ਵਾਲਾ ਹੋ ਚੁੱਕਾ। ਹਾਲਾਤ ਜਿਹੜੇ ਨੇ ਨਿਕਾਸ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਨੇ ਪ੍ਰਸ਼ਾਸਨ ਦੇ, ਕਿ ਪ੍ਰਸ਼ਾਸਨ ਕਿੱਥੋਂ ਤੱਕ ਸੁਵਿਧਾ ਜਿਹੜੀ ਹੈ ਉਹ ਹੁਸ਼ਿਆਰਪੁਰ ਵਾਸੀਆਂ ਨੂੰ ਦੇ ਰਿਹਾ। ਮੰਤਰੀ ਸਾਹਿਬ ਦੇ ਨਾਲ ਨਾਲ ਜੋ ਨਗਰ ਨਿਗਮ ਦੇ ਮੇਅਰ ਨੇ ਸੁਰਿੰਦਰ ਸ਼ਿੰਦਾ ਜੀ, ਉਹ ਵੀ ਸਾਰਾ ਦਿਨ ਇਹਨਾਂ ਸੜਕਾਂ 'ਤੇ ਹੀ ਵਿਚਰਦੇ ਨੇ, ਇਹਨਾਂ ਸੜਕਾਂ ਤੋਂ ਹੀ ਲੰਘਦੇ ਨੇ, ਲੋਕਾਂ ਦੇ ਨਾਲ ਰਾਬਤਾ ਕਾਇਮ ਕਰਦੇ ਨੇ, ਅਤੇ ਉਹਨਾਂ ਵੱਲੋਂ ਵੀ ਇਹਨਾਂ ਕੰਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ।
ਧਿਆਨ ਦੇਣ ਦੀ ਲੋੜ ਹੈ ਹੁਸ਼ਿਆਰਪੁਰ ਦੇ ਵਿਕਾਸ ਲਈ, ਅਤੇ ਵਿਕਾਸ ਜਿਹੜਾ ਉਹ ਸਿਰਫ ਕਾਗਜ਼ੀ ਅੱਖਰਾਂ ਦੇ ਵਿੱਚ ਇੱਕ ਕਾਲਾ ਸ਼ਬਦ ਬਣ ਕੇ ਰਹਿ ਗਿਆ ਹੈ। ਇਹ ਡੁੱਬਦੀਆਂ ਕਾਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ, ਕਿਸ ਤਰ੍ਹਾਂ ਰੇੜੇ ਵਾਲੇ ਮੋਟਰਸਾਈਕਲ ਵਹੀਕਲ ਵਾਲੇ ਅਤੇ ਕਾਰਾਂ ਵਾਲੇ ਜੋ ਲੰਘ ਰਹੇ ਨੇ, ਕਿੰਨੀ ਦਿੱਕਤ ਆ ਰਹੀ ਹੈ। ਇਹ ਸਾਰਾ ਜਿਹੜਾ ਮਲ ਟਾਉਣ ਦਾ ਏਰੀਆ, ਇਹ ਪਾਣੀ ਦੇ ਨਾਲ ਇਸ ਤਰ੍ਹਾਂ ਹੀ ਘਿਰ ਗਿਆ ਸਾਰਾ, ਜਿਸ ਦਾ ਕਿਸੇ ਪਾਸੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਪਿੱਛੇ ਕੂੜਾ ਕਰਕਟ ਵੀ ਹੈ, ਉਹ ਵੀ ਵਿੱਚ ਆ ਰਿਹਾ ਇਹਦੇ। ਹਾਂਜੀ ਸਰ, ਕੀ ਨਾਮ ਹੈ ਜੀ? ਭਾਈ ਮੇਰਾ ਨਾਮ ਆਸ਼ੂ। ਇਹ ਕਿਹੜੀ ਜਗ੍ਹਾ ਦੇ ਰਹਿਣ ਵਾਲੇ? ਮਲ ਟਾਉਣ। ਹਾਂਜੀ ਹਾਂਜੀ ਹਾਂਜੀ। ਅਤੇ ਮਲ ਟਾਉਣ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਿਰਫ ਇੱਕ 20-25 ਮਿੰਟ ਦੀ ਇੱਕ ਵਰਖਾ ਹੋਈ ਹੈ, ਅਤੇ ਇਸ ਤੋਂ ਬਾਅਦ ਜੋ ਹਾਲਾਤ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ ਬਹੁਤ ਮਾੜੇ ਆ ਤੁਸੀਂ ਸਾਹਿਬ, ਜੇ ਮੀਂਹ ਤੇਜ਼ ਹੋ ਜਾਵੇ ਸਾਡੇ ਇੱਥੇ ਤੱਕ ਅੰਦਰ ਤੱਕ ਪਾਣੀ ਆ ਜਾਂਦਾ, ਅੰਦਰ ਤੱਕ ਚੱਲ ਜਾਂਦਾ ਪਾਣੀ। ਅਤੇ ਭਾਜੀ ਕੋਈ ਕਰਦਾ ਨਹੀਂ ਕੁਛ ਵੀ, ਐਵੇਂ ਬਸ ਦੇਖ ਦੂਖ ਕੇ ਜਾਈ ਜਾਂਦੇ ਆ, ਕੋਈ ਤਾਂ ਹਿਸਾਬ ਕਿਤਾਬ ਕਰਨ, ਅੱਗੇ ਗੱਡੀਆਂ ਫਸ ਜਾਂਦੀਆਂ ਆ, ਨਾ ਇੱਥੇ ਜਿਹੜੇ ਵੀ ਕੌਂਸਲਰ ਆ ਕੋਈ ਕੁਛ ਕਰਦੇ ਨਹੀਂ ਪਏ ਹੈਗੇ। ਜਦ ਮੀਂਹ ਪੈਂਦਾ ਆ ਉੱਧਰ ਤਾਂ ਭਾਜੀ ਇੱਕ ਇੱਕ ਹਫ਼ਤਾ ਨਹੀਂ ਪਾਣੀ ਰੁਕਦਾ ਹੈਗਾ, ਉੱਧਰਲੇ ਪਾਸੇ ਸਾਡੇ ਘਰ ਤੱਕ ਪਾਣੀ ਆਉਂਦਾ ਰਹਿੰਦਾ ਆ, ਅੰਦਰ ਪਾਣੀ ਆਉਂਦਾ ਰਹਿੰਦਾ ਆ, ਕੋਈ ਦੇਖਦਾ ਹੀ ਨਹੀਂ ਹੈਗਾ, ਗੱਡੀਆਂ ਫਸ ਜਾਂਦੀਆਂ ਅੱਗੇ ਜਾ ਕੇ। ਅਤੇ ਕੌਂਸਲਰ ਕੌਣ ਨੇ ਇੱਥੋਂ ਦੇ? ਕੌਂਸਲਰ ਭਾਅ ਜੀ ਮੈਨੂੰ ਨਹੀਂ ਪਤਾ ਕੌਣ ਆ ਇੱਥੇ। ਅੱਛਾ ਜੀ। ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਕਹਿਣਾ ਚਾਹੋਗੇ? ਜੇ ਰੋਜ਼ ਰੋਜ਼ ਦੀਆਂ ਗੱਲਾਂ ਟੀਵੀ 'ਤੇ ਵੀ ਖਬਰਾਂ ਚੱਲਦੀਆਂ ਨੇ, ਅਖਬਾਰਾਂ 'ਚ ਵੀ ਇਸ਼ਤਿਹਾਰ ਲੱਗਦੇ ਨੇ ਵਿਕਾਸ, ਮੀਂਹ ਪੈਂਦਾ ਉਹਨਾਂ ਨੂੰ ਦੇਖਣਾ ਤਾਂ ਚਾਹੀਦਾ ਨਾ ਇੱਕ ਵਾਰੀ ਆ ਕੇ ਕਿ ਕੀ ਹਿਸਾਬ ਚੱਲਣ ਡਿਆ। ਤੁਸੀਂ ਵੀ ਦੇਖਦੇ, ਤੁਸੀਂ ਗੱਡੀ ਜਾ ਰਹੀ ਜਿਸ ਤਰ੍ਹਾਂ ਉੱਧਰੋਂ ਵੀ ਗੱਡੀਆਂ ਆ ਰਹੀਆਂ ਨੇ, ਅਤੇ ਇੱਕ ਖੱਡਾ ਹੋਵੇ ਤਾਂ ਕੀ ਉਹਦਾ ਗੱਡੀ ਦਾ ਬੰਦਾ, ਹੋਰ ਕੀ ਹੋਣਾ ਡਿੱਗ ਸਕਦਾ ਬੰਦਾ। ਨਾਲੇ ਭਾਅ ਜੀ ਯਾਰ ਇੱਥੇ ਤੱਕ ਪਾਣੀ ਆ ਜਾਂਦਾ, ਸਾਡੇ ਅੰਦਰ ਤੱਕ ਪਾਣੀ ਆ ਜਾਂਦਾ, ਮਤਲਬ ਕੋਈ ਹੱਲ ਕੱਢਣਾ ਚਾਹੀਦਾ ਇਹਨਾਂ ਨੂੰ। ਤੁਸੀਂ ਅੱਗੇ ਜਾ ਕੇ ਮੜਾ ਦੇਖੋ ਤਾਂ ਸਹੀ, ਇੱਥੇ ਤੱਕ ਪਾਣੀ ਆਇਆ ਹੋਣਾ, ਤੁਸੀਂ ਮੀਂਹ ਪੈਣ ਤੋਂ ਹੁਣ ਚੱਲ ਜਾਓ ਭਾਵਾਂ ਤੁਸੀਂ ਅੱਗੇ ਨੂੰ, ਪਾਣੀ ਇੰਨਾ ਜ਼ਿਆਦਾ ਆਉਣ ਡਿਆ। ਆਹ ਦੇਖਿਓ ਸਾਰੀਆਂ ਗੱਡੀਆਂ, ਉਹ ਦੇਖ ਲਓ ਉੱਦੀ ਖੜੀਆਂ ਆ, ਮੀਂਹ ਪਈ ਜਾਂਦਾ ਆ, ਕੋਈ ਦੇਖਦਾ ਹੀ ਨਹੀਂ ਹੈਗਾ। ਉੱਧਰ ਭਾਅ ਜੀ ਉੱਧਰ ਕਵਰ ਕਰੋ, ਉੱਧਰ ਇੱਕ ਹਫ਼ਤਾ ਨਹੀਂ ਪਾਣੀ ਹੁੰਦਾ ਮੂੰਹ ਤੋਂ ਬਾਹਰ, ਉਹ ਅੱਗੇ ਉਹ ਸਾਹਮਣੇ, ਹਾਂਜੀ ਪਾਣੀ ਰੁਕ, ਉੱਥੇ ਤਾਂ ਕਈ ਦੇਰ, ਹਾਂਜੀ ਹਾਂਜੀ ਇੱਕ ਹਫ਼ਤਾ ਪਾਣੀ ਨਹੀਂ ਜਾਂਦਾ, ਇੱਕ ਪੂਰਾ ਇੱਕ ਹਫ਼ਤਾ ਤੁਸੀਂ ਆ ਕੇ ਪੂਲ ਬਣ ਜਾਂਦਾ ਪੂਰਾ। ਇੱਥੇ ਤਾਂ ਚਲੋ ਪਾਣੀ ਹੁਣ ਹੌਲੀ ਹੌਲੀ ਚੱਲ ਜਾਣਾ, ਉੱਧਰ ਜਾਣਾ ਹੀ ਨਹੀਂ ਉੱਧਰਲੇ ਪਾਸੇ। ਫਿਰ ਪਾਣੀ ਦਾ ਨਿਕਾਸ ਕਿੱਦਾਂ ਕਿੱਦਾਂ ਨਿਕਲਦਾ ਪਾਣੀ ਭਾਅ ਜੀ? ਕੋਈ ਸੀਵਰੇਜ ਵੀ ਹੈ ਨਹੀਂ ਇੱਥੇ? ਪਤਾ ਨਹੀਂ ਭਾਅ ਜੀ ਸੀਵਰੇਜ ਹੈਗਾ ਕਿ ਨਹੀਂ ਹੈਗਾ, ਜੇ ਸੀਵਰੇਜ ਹੁੰਦਾ ਤਾਂ ਪਾਣੀ ਖੜਦਾ ਹੀ ਕਿਉਂ? ਤਾਂ ਕੀ ਅਪੀਲ ਕਰਨੀ ਚਾਹੁੰਦੇ ਹਾਂ ਤੁਸੀਂ ਪ੍ਰਸ਼ਾਸਨ? ਅਪੀਲ ਭਾਅ ਜੀ ਇਹੀ ਕਰਨੀ ਚਾਹੁੰਦੇ ਹਾਂ ਕਿ ਇਹਦਾ ਹੱਲ ਕੱਢਣਾ ਚਾਹੀਦਾ, ਹੋਰ ਅਪੀਲ ਕੀ ਹੈ, ਉਹਨਾਂ ਨੂੰ ਹੱਲ ਕੱਢਣਾ ਚਾਹੀਦਾ ਕੋਈ ਨਾ ਕੋਈ। ਇਹ ਤਾਂ ਹੁਣ ਮੀਂਹ ਹੋਣੀ, ਪਿਛਲੇ ਸਾਲ ਕਿੰਨੀ ਬਾਰਿਸ਼ਾਂ ਹੋਈਆਂ, ਪਾਣੀ ਹਟਦਾ ਹੀ ਨਹੀਂ ਸੀਗਾ। ਹੁਣ ਸਾਡੇ ਬਣ ਲਿਆ ਕੋਈ ਫੰਕਸ਼ਨ ਆ, ਅਸੀਂ ਵਿਆਹ ਇੱਥੇ ਕਰਨਾ ਹੋਵੇ ਅਤੇ ਇੱਥੇ ਇੱਕ ਉੱਦਣ ਮੀਂਹ ਖੜ ਪਾਣੀ ਖੜ ਜਾਵੇ ਅਤੇ ਸਾਰਾ ਕੰਮ ਤਾਂ ਖਰਾਬ ਹੋ ਜਾਣਾ ਨਾ, ਕੋਈ ਘਰ ਦੇ ਬਾਹਰ ਜੇ ਕੋਈ ਮਾੜਾ ਮੋਟਾ ਫੰਕਸ਼ਨ ਕਰਨਾ ਹੋਵੇ, ਪਾਣੀ ਦੇਖੋ ਕਿੰਨਾ ਖੜਦਾ ਆ, ਟੈਂਟ ਲੱਗਾ ਹੋਵੇ ਖਤਮ ਸਭ ਕੁਛ, ਹੱਲ ਕੱਢਣਾ। ਦੇਖੋ ਸਾਹਮਣੇ ਜੇ ਇਹਨਾਂ ਨੇ ਕੁਛ ਕੀਤਾ, ਇੱਧਰ ਵੀ ਕਰਨ ਸਾਹਮਣੇ ਭਾਈ, ਇੱਕ ਵਾਰ ਤੁਸੀਂ ਕਵਰ ਤਾਂ ਕਰੋ, ਸਾਹਮਣੇ ਜਾ ਕੇ ਤੁਹਾਨੂੰ ਲੱਗ ਜਾਣਾ ਪਤਾ।